ਅਸ਼ੀਕਾਲ ਜੀ ਸਾਰਿਆਂ ਨੂੰ ਬਹੁਤ ਸਮੇਂ ਬਾਅਦ ਅੱਜ ਸਮੇ ਨੇ ਆਪਾਂ ਨੂੰ ਇਜਾਜ਼ਤ ਦਿੱਤੀ ਆ ਤੇ ਆਪਾਂ ਫੇਰ ਲੈ ਕੇ ਆਇਆ ਇੱਕ ਆਪਾਂ ਛੋਟਾ ਜਿਹਾ ਬਲੌਗ ਇਹ ਬਲੌਗ ਖਾਸ ਕਰਕੇ ਉਹਨਾਂ ਲਈ ਆ ਜਿਨ੍ਹਾਂ ਨੂੰ ਬਹੁਤ ਘਰੇ ਆਪਣੇ ਬੂਟੇ ਵਾਟੇ ਲਾਉਣ ਦਾ ਬਹੁਤ ਚਾਹ ਹੁੰਦਾ ਫੁੱਲ ਬੂਟੇ ਲਾਉਣ ਦਾ ਹਨਾ ਤੇ ਉਹਨਾਂ ਲਈ ਵੀ ਕਿਹੜੇ ਕਿਹੜੇ ਆਪਾਂ ਬੂਟੇ ਲਾ ਸਕਦੇ ਆ ਤੇ ਆਪਣੇ ਪਿੰਡਾਂ ਵਿੱਚ ਜਿਹੜੇ ਜਾਤ ਰਬੂਟੇ ਲੱਗਦੇ ਨੇ ਉਹ ਦਕਾਨ ਜਿਹਨੂੰ ਆਪਾਂ ਡੇਕ ਵੀ ਕਹਿ ਦਿੰਦੇ ਆ ਹਨਾ ਤੇ ਇਹ ਜਿਆਦਾ ਲੱਗਦੀ ਆ ਇਹ ਤੋਂ ਲਾਵਾ ਜਿਹੜਾ ਬਹੁਤ ਆਮ ਦੇਖਣ ਨੂੰ ਮਿਲਦਾ ਉਹ ਬੂਟਾ ਹੁੰਦਾ ਅਮਰੂਦ ਅਮਰੂਦ ਦਾ ਬੂਟਾ ਬਹੁਤ ਆਮ ਮਿਲਦਾ ਆਪਣੇ ਪਿੰਡਾਂ 'ਚ ਇਹ ਤੋਂ ਇਲਾਵਾ ਅੱਜ ਜਿਹੜੀ ਆਪਾਂ ਵੀਡੀਓ 'ਚ ਗੱਲ ਕਰਾਂਗੇ ਉਹ ਕਰਾਂਗੇ ਉਹ ਬੂਟੇ ਆ ਬਾਰੇ ਜਿਨ੍ਹਾਂ ਦਾ ਕੋਈ ਫਾਇਦਾ ਵੀ ਹੈਲਥ ਬੈਨੀਫਿਟ ਵੀ ਹੋਊਗਾ ਤੇ ਆਪਾਂ ਨੂੰ ਸ਼ਾਮਾਂ ਦੇ ਨਾਲ-ਨਾਲ ਫਲ ਫਲ ਵੀ ਦੇਣਗੇ ਹਨ ਤੇ ਹਾਂਜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਪੀਤੇ ਤੋਂ ਕਿਉਂਕਿ ਇਹ ਪਪੀਤਾ ਇੰਨੀ ਆਸਾਨੀ ਨਾਲ ਹੋ ਜਾਂਦਾ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਪਰੇ ਨਹੀਂ ਮਾਰੀ ਹੈਗੀ ਮੈਂ ਦੇਸੀ ਖਾਦ ਜਰੂਰ ਪਾਉਣਾ ਇਹਨੂੰ ਤੇ ਇਹਦੀ ਉਮਰ ਹੈਗੀ ਆ ਹਜੇ 5 ਤੋਂ 6 ਮਹੀਨੇ ਦਾ ਹੋਣਾ ਤੇ ਇਹਨੂੰ ਇਹ ਲੋ ਫਲ ਆ ਗਿਆ ਇਹਨੀਆਂ ਸਾਰੀ ਨਾਲ ਬੂਟਾ ਹੋ ਜਾਂਦਾ ਹੈ ਇਹਦੇ ਤੇ ਹੈਲਥ ਬੈਨੀਫਿਟ ਤਾਂ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਬਹੁਤ ਜ਼ਿਆਦਾ ਨੇ ਤੇ ਕੋਈ ਜ਼ਿਆਦਾ ਇਹਨੇ ਜਗਾ ਵੀ ਨਹੀਂ ਘੇਰਨੀ ਸਿੱਧਾ ਸਿੱਧਾ ਉੱਪਰ ਉੱਪਰ ਹੀ ਜਾਣਾ ਇਹਨੇ ਬਸ ਇਦਾਂ ਤੇ ਇਹ ਆਪਾਂ ਲਾ ਸਕਦੇ ਹਾਂ ਬੂਟਾ ਇਹ ਤੋਂ ਬਾਅਦ ਆਪਾਂ ਜਿਹੜਾ ਗੱਲ ਕਰਾਂਗੇ ਬੂਟੇ ਦੀ ਉਹ ਦਰਖਤ ਤੱਕ ਉਹਦਾ ਕੋਈ ਫਲ ਨਹੀਂ ਹੁੰਦਾ ਹੈਗਾ ਪਰ ਉਹ ਆਪਣੇ ਪੁਰਾਣੇ ਪੰਜਾਬ ਚ ਇੰਨਾ ਜ਼ਿਆਦਾ ਫੇਮਸ ਸੀਗਾ ਉਹਦੇ ਫਾਇਦੇ ਵੀ ਬਹੁਤ ਜ਼ਿਆਦਾ ਨੇ ਤੇ ਹੁਣ ਅੱਜ ਕੱਲ ਲੱਭਦਾ ਨਹੀਂਗਾ ਬਹੁਤ ਘਾਟੇ ਲਾ ਕੇ ਰਜ ਨਹੀਂ ਲੋਕ ਉਹ ਹੈਗੀ ਆ ਨਿੰਮ ਨਿੰਮ ਬਹੁਤ ਜ਼ਰੂਰੀ ਚੀਜ਼ ਹੈ ਇੱਕ ਇਹਦੇ ਫਾਇਦੇ ਤੁਹਾਨੂੰ ਪਤਾ ਹੀ ਸਭ ਨੂੰ ਬਹੁਤ ਜ਼ਿਆਦਾ ਹੁੰਦੇ ਨੇ ਹਾਂ ਫਾਇਦੇ ਤੇ ਆ ਵੀ ਅਲੋਪ ਹੋ ਚੁੱਕੀਆਂ ਨੇ ਨਾ ਚਿੜੀਆਂ ਤੇ ਆਪਾਂ ਗੱਲ ਕਰਦੇ ਹਾਂ ਨਿੰਮ ਦੀ ਹੈਨਾ ਤੇ ਨਿੰਮ ਦੇ ਫਾਇਦੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਹੁਤ ਜ਼ਿਆਦਾ ਨੇ ਪਰ ਇਹ ਅੱਜ ਕੱਲ ਲੋਕ ਬਹੁਤ ਘੱਟ ਲਾਗੇ ਰਾਜ ਨੇ ਇਹਦੀ ਜਿਹੜੀ ਥਾਂ ਲੈ ਲਿਓ ਹੈਗੀ ਆ ਇਹ ਇਰਾ ਨੇ ਢੇਕਾਂ ਨੇ ਦੁਕਾਨਾਂ ਨੇ ਦੁਕਾਨ ਚਲੋ ਸ਼ਾਂ ਨੂੰ ਬਹੁਤ ਵਧੀਆ ਹੁੰਦੀ ਆ ਪਰ ਨਿੰਮ ਦਾ ਬੂਟਾ ਵੀ ਆਪਣੀ ਕੋਈ ਜਗ੍ਹਾ ਹੈਗੀ ਤਾਂ ਜ਼ਰੂਰ ਲਾਉਣਾ ਚਾਹੀਦਾ ਤੀਜਾ ਬੂਟਾ ਹੈਗਾ ਆਪਣਾ ਆਲੂ ਦਾ ਆਲੂ ਦਾ ਬੂਟਾ ਇਹਨੂੰ ਵੀ ਹਨਾ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਇਹ ਦੀ ਦੇਖਭਾਲ ਦੀ ਬਿਲਕੁਲ ਲੋੜ ਨਹੀਂ ਪੈਂਦੀ ਹੈਗੀ ਬਸ ਇਹਨੂੰ ਐ ਆ ਵੀ ਖਾਦ ਖੁਦ ਚੰਗੀ ਤਰ੍ਹਾਂ ਪਾਈ ਜਾਓ ਤੇ ਇਹਦੀ ਵੀ ਸੇਮ ਹੀ ਉਮਰ 5-6 ਮਹੀਨੇ ਦਾ ਹੋਊਗਾ ਇਹ ਗਰੋਥ ਬਿਲਕੁਲ ਬਹੁਤ ਵਧੀਆ ਹੋ ਜਾਂਦੀ ਹੈ ਦੀ ਆਰਾਮ ਨਾਲ ਤੇ ਇਹ ਵੀ ਆਪਣੇ ਘਰੇ ਆਪਾਂ ਲਾ ਸਕਦੇ ਆ ਇਹ ਇਹ ਬੂਟਾ ਹੈਗਾ ਐਵਾ ਕਾਰਡ ਦਾ ਬੂਟਾ ਇਹ ਕਾਫੀ ਮਹਿੰਗਾ ਹੁੰਦਾ ਬੂਟਾ ਕਿਉਂਕਿ ਇਹਦਾ ਫਲ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਕਮ ਸੇ ਕਮ ਜਿਹੜਾ ਇੱਕ ਪੀਸ ਹੁੰਦਾ ਉਹ 100 ਰੁਪਏ ਦਾ ਵਿਕਦਾ ਹੈ ਇਹਦਾ ਤੇ ਹੈਲਥ ਬੈਨੀਫਿਟ ਬਹੁਤ ਜ਼ਿਆਦਾ ਨੇ ਇਹਦੇ ਸੰਗੜਾ ਵੀ ਹੁੰਦਾ ਕਾਫੀ ਇਹ ਵਧੀਆ ਛਾਂ ਦੇ ਨਾਲ ਤੁਹਾਨੂੰ ਫਲ ਵੀ ਵਧੀਆ ਦੇਊਗਾ ਇਹ ਬੂਟਾ ਤੁਸੀਂ ਲੈ ਸਕਦੇ ਹੋ ਥੋੜੀ ਜਿਹੀ ਸਾਂਭ ਸੰਭਾਲੇ ਦੀ ਹੈਗੀ ਆ ਕਿਉਂਕਿ ਜਿਵੇਂ ਆ ਪੱਤੇ ਖਰਾਬ ਹੋਣ ਲੱਗ ਜਾਂਦੇ ਨੇ ਇਹਦੇ ਤੇ ਇਹਦੇ ਲਈ ਤੁਹਾਨੂੰ ਥੋੜੀ ਸਪਰੇਅ ਕਰਨੀ ਪੈਣੀ ਹੈ ਜਿਵੇਂ ਤੁਸੀਂ ਨਿੰਮ ਦੀ ਸਪਰੇਅ ਵੀ ਕਰ ਸਕਦੇ ਹੋ ਦੀ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀ ਨਿੰਮ ਦੇ ਫਾਇਦੇ ਬਹੁਤ ਜ਼ਿਆਦਾ ਨੇ ਨਿੰਮ ਦੀ ਸਪਰੇਅ ਕਰ ਸਕਦੇ ਹੋ ਤੇ ਤੇ ਇਹ ਬੂਟਾ ਵੀ ਤੁਸੀਂ ਘਰੇ ਲਾ ਸਕਦੇ ਹੋ ਫਾਇਦੇ ਬਹੁਤ ਜ਼ਿਆਦਾ ਨੇ ਇਹਦੇ ਜਿਹੜਾ ਆਪਣਾ ਅਗਲਾ ਬੂਟਾ ਇਹ ਹੈਗਾ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਨਾਲ ਭਰਪੂਰ ਬੂਟਾ ਹੈ ਪੂਰਾ ਇਹ ਹੈਗਾ ਚੀਕੂ ਦਾ ਬੂਟਾ ਇਹਦੇ ਹੈਲਥ ਬੈਨੀਫਿਟ ਇੰਨੇ ਜ਼ਿਆਦਾ ਨੇ ਬਸ ਤੁਸੀਂ ਗੱਲਾਂ ਹੀ ਛੱਡ ਦਿਓ ਤੇ ਨਾਲ ਇਹ ਸੰਘਣਾ ਹੋਣ ਦੇ ਨਾਲ ਤੁਹਾਨੂੰ ਫਲ ਵੀ ਦੇਊਗਾ ਤੇ ਇਹਨੇ ਹੋ ਵੀ ਆਸਾਨੀ ਨਾਲ ਜਾਣਾ ਥੋੜੀ ਗਰੋਥ ਨੂੰ ਜ਼ਰੂਰ ਟਾਈਮ ਲੱਗਦਾ ਦਾ ਸੰਘਣਾ ਹੋਣ ਨੂੰ ਪਰੇ ਬਹੁਤ ਵਧੀਆ ਫਾਇਦੇਮੰਦ ਦਾ ਬੂਟਾ ਤੁਸੀਂ ਇਹਨੂੰ ਆਪਣੇ ਘਰਾਂ ਚ ਲਾ ਸਕਦੇ ਹੋ ਅੱਜ ਦੀ ਜਿਹੜੇ ਵੀਡੀਓ ਦਾ ਆਪਣਾ ਮੇਨ ਬੂਟਾ ਉਹ ਇਹੀ ਆ ਮੇਰੇ ਹਿਸਾਬ ਨਾਲ ਅੱਜ ਦੇ ਸਮੇਂ ਚ ਨਾ ਇਹ ਬੂਟਾ ਹਰੇਕ ਘਰ ਚ ਹੋਣਾ ਚਾਹੀਦਾ ਕਿਉਂਕਿ ਇਹ ਆਕਸੀਜਨ ਬਹੁਤ ਜ਼ਿਆਦਾ ਛੱਡਦਾ ਤੇ ਇਹਦੇ ਹੈਲਥ ਬੈਨੀਫਿਟ ਵੀ ਬਹੁਤ ਜ਼ਿਆਦਾ ਨੇ ਇਹ ਸੁਹਾਜਣੇ ਦਾ ਬੂਟਾ ਇੰਗਲਿਸ਼ 'ਚ ਇਹਨੂੰ ਮੁਰਿੰਗਾ ਕਹਿੰਦੇ ਨੇ ਤੁਸੀਂ ਸਰਚ ਆ ਕੇ ਦੇਖ ਲਓ ਮੁਰਿੰਗਾ ਪਾਊਡਰ ਦੇ ਬੈਨੀਫਿਟ ਕਿੰਨੇ ਨੇ ਉਹੀ ਚੀਜ਼ ਆ ਇਹ ਇਹਦੇ ਪੱਤੇ ਤੁਸੀਂ 5 ਤੋਂ 10 ਖਾਣੇ ਹੋ ਜੇ ਡੇਲੀ ਤਾਂ ਤੁਹਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਦੂਰ ਰੱਖੂਗਾ ਇਹ ਕਮ ਸੇ ਕਮ 300 ਬਿਮਾਰੀਆਂ ਤੋਂ ਦੂਰ ਰੱਖੂਗਾ ਤੁਹਾਨੂੰ ਇਹ ਇੰਨੇ ਜ਼ਿਆਦਾ ਦੇ ਹੈਲਥ ਬੈਨੀਫਿਟ ਨੇ ਤੇ ਆਕਸੀਜਨ ਤਾਂ ਬਹੁਤ ਜ਼ਿਆਦਾ ਛੱਡਦਾ ਇਹ ਠੀਕ ਆ ਤੇ ਤੁਹਾਨੂੰ ਇਹ ਰੇਗ ਨੂੰ ਪਤਾ ਆਪਣੇ ਘਰ ਲਾਉਣਾ ਚਾਹੀਦਾ ਅੱਜ ਦੇ ਟਾਈਮ 'ਚ ਇੰਨਾ ਪੋਲੂਸ਼ਨ ਹੋਇਆ ਹੈ ਉਹ ਹਿਸਾਬ ਨਾਲ ਤੇ ਇਹਦੇ ਨਾਲ ਦਾ ਇੱਕ ਬੂਟਾ ਹੋਰ ਆ ਉਹ ਹੈਗਾ ਕੜੀ ਪੱਤਾ ਕੜੀ ਪੱਤਾ ਤਾਂ ਤੁਹਾਨੂੰ ਪਤਾ ਹੀ ਆਪਣੇ ਬਹੁਤ ਵਰਤਿਆ ਜਾਂਦਾ ਆਮ ਬੱਤਿਆਂ ਦਾ ਰਸੂਈਆਂ 'ਚ ਹਨਾ ਤੇ ਇਹ ਵੀ ਤੁਸੀਂ ਆਪਣੇ ਘਰੇ ਲਾ ਸਕਦੇ ਹੋ ਇਦੀ ਗਰੋਥ ਵੀ ਕਾਫੀ ਵਧੀਆ ਆ ਤੇ ਇਹਨੇ ਫੈਲਣਾ ਬਹੁਤ ਆ ਜਿਆਦਾ ਬੜਾ ਜਦੋਂ ਹੋ ਗਿਆ ਇਹ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਲਾ ਸਕਦੇ ਹੋ ਤੁਹਾਨੂੰ ਵਧੀਆ ਪੰਜਾਬ ਚ ਬਹੁਤ ਜਿਆਦਾ ਕਾਮਨ ਆ ਅਮਰੂਦ ਦਾ ਬੂਟਾ ਅਮਰੂਦ ਦੇ ਬੂਟੇ ਆਪਾਂ ਦੋ ਲਾਏ ਨੇ ਇਹ ਵੀ ਬਹੁਤ ਜਿਆਦਾ ਆਸਾਨੀ ਨਾਲ ਹੋ ਜਾਂਦਾ ਇਹਨੂੰ ਕੋਈ ਜਿਆਦਾ ਗਰੋਥ ਤੇ ਮਤਲਬ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਬਹੁਤ ਆਰਾਮ ਨਾਲ ਹੋ ਜਾਂਦਾ ਲਗਭਗ ਹਰੇਕ ਘਰ ਚ ਹੈਗਾ ਹੀ ਇੱਕ ਅਮਰੂਦ ਦਾ ਬੂਟਾ ਹੁੰਦਾ ਹੀ ਆ ਪੰਜਾਬ ਚ ਇਹ ਆਪਾਂ ਦੋ ਤਰ੍ਹਾਂ ਦੇ ਲਾਏ ਨੇ ਇੱਕ ਇਹ ਲਾਲ ਹੁੰਦਾ ਵਿੱਚੋਂ ਇੱਕ ਸਿੰਪਲ ਦੇਸੀ ਬੂਟਾ ਉਹ ਆਇਆ ਇਹ ਵੀ ਤੁਸੀਂ ਲਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਬੂਰੀ ਇਹਨੂੰ ਘਟਾਈ ਹੁੰਦੀ ਆ ਤੇ ਬਹੁਤ ਆਸਾਨੀ ਨਾਲ ਹੋ ਜਾਂਦਾ ਇਹ ਅਗਲਾ ਬੂਟਾ ਹੈਗਾ ਆਪਣਾ ਮਸੰਮੀ ਜਨ ਮਤਲਬ ਸੰਤਰਾ ਮਸੰਮੀ ਜੋਬ ਦੀ ਸੀ ਕਹ ਰਹੇ ਨੇ ਇਹਨੂੰ ਹਨਾ ਤੇ ਇਹ ਆ ਤੇ ਇਹਨੂੰ ਵੀ ਤੁਸੀਂ ਘਰੇ ਲਾ ਸਕਦੇ ਹੋ ਇਹ ਵੀ ਕੋਈ ਜ਼ਿਆਦਾ ਥੋੜੀ ਜੀ ਮਤਲਬ ਹੈਗੀ ਹੈ ਇਹਦੀ ਕੇਅਰ ਕਰਨੀ ਪੈਂਦੀ ਆ ਕਿਉਂਕਿ ਇਹਨੂੰ ਬਿਮਾਰੀ ਬੜੀ ਪੈਂਦੀ ਆ ਇਹਨੂੰ ਜੋਬ ਦਾ ਮੈਂ ਲਾਇਆ ਇਹਨੂੰ ਮੈਂ ਬਹੁਤ ਬਰ ਸੁੰਡ ਬਹੁਤ ਪਾਏ ਇਹਨੂੰ ਤੇ ਇੱਕ ਇਹ ਦੇ ਆ ਦੇਖੋ ਆ ਪੱਤੇ ਖਾ ਜਾਂਦੇ ਨੇ ਨਾ ਇਹਨੂੰ ਫਿਰ ਇਹਨੂੰ ਸਪਰੇਅ ਮਾਰਨੀ ਪੈਂਦੀ ਆ ਨਿੰਮ ਦੀ ਸਪਰੇਅ ਨਿੰਮ ਆਪਣੇ ਘਰ ਲੱਗੀ ਹੋਈ ਆ ਤੇ ਆਪਾਂ ਉਹਦਾ ਹੀ ਪਾਣੀ ਕੱਢ ਕੇ ਉਹੀ ਮਾਰ ਦਈ ਦੀ ਆ ਓਦਾਂ ਕਰ ਉਹਦੀ ਵਧੀਆ ਹੋਈ ਜਾਂਦੀ ਆ ਹੁਣ ਪਰ ਥੋੜਾ ਜਿਹਾ ਬਿਮਾਰੀਆਂ ਤੇ ਧਿਆਨ ਰੱਖਣਾ ਪੈਂਦਾ ਇਹਨੂੰ ਬਿਮਾਰੀ ਸੁੰਡ ਬਹੁਤ ਛੇਤੀ ਪੈਂਦਾ ਉਹਦੀ ਨਾਲ ਦਾ ਕਿਸਮ ਦਾ ਇਹ ਨਿੰਬੂ ਆ ਨਿੰਬੂ ਇਹ ਵਧੀਆ ਕਿਸਮ ਦਾ ਇਹਦੀ ਵੀ ਧਿਆਨ ਇਹਦਾ ਵੀ ਧਿਆਨ ਬਹੁਤ ਰੱਖਣਾ ਪੈਂਦਾ ਇਹਨੂੰ ਵੀ ਬਹੁਤ ਛੇਤੀ ਸੁੰਡ ਪੈਂਦਾ ਹਨ ਤੇ ਬਹੁਤ ਧਿਆਨ ਰੱਖਣਾ ਪੈਂਦਾ ਇਹਨੂੰ ਸਪਰੇਅ ਟਾਈਮ ਟੂ ਟਾਈਮ ਮਾਰਨੀ ਪੈਂਦੀ ਆ ਤੇ ਤਾਂ ਜਾ ਕੇ ਇਹਦਾ ਧਿਆਰ ਰੱਖਿਆ ਜਾਂਦਾ ਨਹੀਂ ਤਾਂ ਤੇ ਪੱਤੇ ਸਾਰੇ ਖਾ ਜਾਂਦੇ ਨੇ ਸੁੰਡ ਤੇ ਲਾਸਟ ਤੇ ਆਪਾਂ ਦੇਸੀ ਕਿਸਮ ਦਾ ਆਪਣਾ ਨੀਂਬੂ ਜਿਹੜਾ ਜੜਾਮ ਘਰਾਂ ਚ ਹੋ ਜਾਂਦਾ ਇਹਨੂੰ ਕੋਈ ਜ਼ਿਆਦਾ ਇਹਨੂੰ ਕੋਈ ਜ਼ਿਆਦਾ ਲੋੜ ਨਹੀਂ ਹੈ ਕਿ ਦੇਖਭਾਲ ਦੀ ਇਹ ਬਹੁਤ ਆਰਾਮ ਨਾਲ ਹੋ ਜਾਂਦਾ ਇਹਨੂੰ 1% ਵੀ ਕੋਈ ਵੀ ਸੁੰਡ ਨਹੀਂ ਲੱਗਿਆ ਹ ਬਹੁਤ ਆਰਾਮ ਨਾਲ ਜਾਂਦਾ ਇਹਦੇ ਚ ਕੰਡੇ ਬਹੁਤ ਜ਼ਿਆਦਾ ਹੁੰਦੇ ਨੇ ਆਪਣਾ ਫੁੱਲ ਆਪਣਾ ਆ ਫਰੂਟ ਰਹਿ ਗਿਆ ਸੀਗਾ ਬੂਟਾ ਸੌਰੀ ਆ ਬੂਟਾ ਰਹਿ ਗਿਆ ਸੀ ਇਹਨੂੰ ਵੈਸੇ ਵੀ ਲੋਕ ਬਹੁਤ ਇਗਨੋਰ ਕਰਦੇ ਨੇ ਜਿੱਦਾਂ ਆਪਾਂ ਇਹ ਵੀਡੀਓ ਚ ਕੀਤਾ ਇਹਨੂੰ ਰੀਡੀਟ ਤੇ ਪਏ ਨੂੰ ਇਗਨੋਰ ਕਰ ਦਿੰਦੇ ਨੇ ਲੋਕ ਪਰ ਇਹਦੇ ਫਾਇਦੇ ਇੰਨੇ ਜਿਆਦਾ ਨੇ ਇਹ ਡਾਈਜੈਸਟ ਸਿਸਟਮ ਵਾਸਤੇ ਬਹੁਤ ਵਧੀਆ ਬੂਟਾ ਆ ਇਹ ਹੈਗਾ ਬੱਬੂ ਗੋਸ਼ਤਾ ਬੂਟਾ ਤੁਸੀਂ ਖਾਧਾ ਹੀ ਹੋਣਾ ਸੁਣਿਆ ਤਾਂ ਜ਼ਰੂਰ ਹੋਊਗਾ ਜਾਂ ਨਹੀਂ ਖਾਧਾ ਹੋਊਗਾ ਪਰ ਇਹਦੇ ਫਾਇਦੇ ਬਹੁਤ ਨੇ ਲੋਕ ਖਾਂਦੇ ਬਹੁਤ ਘਟਨੇ ਨੂੰ ਤੇ ਇਹ ਵੀ ਲਾ ਸਕਦੇ ਤੁਸੀਂ ਇਹਦੀ ਵੀ ਗ੍ਰੋਥ ਆਰਾਮ ਨਾਲ ਹੋ ਹੀ ਜਾਂਦੀ ਆ ਥੋੜਾ ਜਿਹਾ ਇਹਨੂੰ ਹੋਇਆ ਹੋਇਆ ਹੁਣ ਸਪਰੇਅ ਦੀ ਲੋੜ ਆ ਇਹਨੂੰ ਬਿਮਾਰੀ ਦਾ ਸ਼ਿਕਾਰ ਹੋਏ ਹੋਏ ਨੇ ਵੀ ਤੇ ਇਹਦੇ ਨਾਲ ਹੀ ਆਪਾਂ ਇੱਕ ਹੋਰ ਲਾਇਆ ਸੀ ਬੂਟਾ ਉਹ ਹੈਗਾ ਡਰੈਗਨ ਫਰੂਟ ਇਹਦੀ ਗਰੋਥ ਅਜੇ ਬਹੁਤ ਘੱਟ ਹੋਈ ਆ ਬਹੁਤ ਛੋਟਾ ਇਹ ਇਹਦਾ ਫਲ ਵੀ ਬਹੁਤ ਜ਼ਿਆਦਾ ਮਹਿੰਗਾ ਆ ਤੇ ਇਹਦੀ ਮੈਂ ਲੱਗ ਤੋਂ ਵੀਡੀਓ ਬਣਾਉਂਗਾ ਇੱਕ ਤੁਕ ਇਹਦੇ ਨਾਲ ਦੇ ਮੈਂ ਦੋ ਤਿੰਨ ਬੂਟੇ ਹੋਰ ਵੀ ਲਾਏ ਹੋਏ ਨੇ ਤੇ ਜੇ ਹੋ ਗਿਆ ਇਹ ਤੇ ਇਹਦੀ ਮੈਂ ਲੱਗ ਤੋਂ ਵੀਡੀਓ ਬਣਾਉਂਗਾ ਤੇ ਮੈਂ ਇਹ ਤੋਂ ਇਲਾਵਾ ਮੈਂ ਚੀਕੂ ਵੀ ਲਾ ਚੀਕੂ ਨਹੀਂ ਇਹ ਤੋਂ ਇਲਾਵਾ ਮੈਂ ਕੀਵੀ ਵੀ ਲਾਇਆ ਸੀ ਕੀਵੀ ਦੀ ਗਰੋਥ ਵੀ ਨਹੀਂ ਹੋਈ ਸਟਰਾਬਰੀ ਦੀ ਵੀ ਨਹੀਂ ਹੋਈ ਪਰ ਇਹ ਵੀ ਹੋ ਰਹੀ ਆ ਹੌਲੀ ਹੌਲੀ ਹੋ ਰਹੀ ਆ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਬੰਦ ਕਰਦੇ ਆ ਅਗਲੀ ਵੀਡੀਓ ਚ ਪਾਰਟ 2 ਜ਼ਰੂਰ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਹਨਾ ਕਿਹੜੀਆਂ ਕਿਹੜੀਆਂ ਆਪਾਂ ਸਬਜ਼ੀਆਂ ਲਾਈਆਂ ਨੇ ਕਿਹੜੀਆਂ ਕਿਹੜੀਆਂ ਲਾ ਸਕਦੇ ਨੇ ਜਿਹੜੀਆਂ ਸਾਨੀ ਨਾਲ ਹੋ ਜਾਂਦੀਆਂ ਨੇ ਉਹਦੇ ਬਾਰੇ ਜ਼ਰੂਰ ਦੱਸਾਂਗੇ ਸੋ ਅਗਲੀ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਵੀਡੀਓ ਦੇਖਣ ਲਈ